ਮੇਰਾ ਖਿਆਲ ਹੈ ਇਸ 'ਚ ਬਿਲਕੁਲ ਕਲੀਅਰ ਕੱਟ ਲੀਡਰਸ਼ਿਪ ਨੇ ਵੀ ਕਹਿਤਾ, ਤੁਹਾਡੇ ਸਾਹਮਣੇ ਤੁਹਾਡੇ ਜ਼ਰੀਏ ਬਕਾਇਦਾ ਪ੍ਰੈਸ 'ਚ ਵੀ ਛਪ ਗਿਆ ਹੈ, ਔਰ CM ਸਾਹਿਬ ਦਾ ਵੀ ਬਿਆਨ ਹੈਗਾ, ਸਾਡੀ ਪਾਰਟੀ ਦਾ ਤਾਂ ਹੈਗਾ ਹੀ ਹੈਗਾ ਕਿ ਅਸੀਂ ਇਕੱਠੇ ਹੋ ਕੇ ਚੋਣਾਂ ਨਹੀਂ ਲੜ ਰਹੇ ਹਾਂਗੇ। ਚੰਡੀਗੜ੍ਹ ਤਾਂ ਫਿਰ ਜੇ ਇਕੱਠੇ ਲੜੀਏ, ਤੁਸੀਂ ਹਾਲੇ ਤੱਕ ਜਿਹੜਾ ਸਵਾਲ ਹੈਗਾ ਪੰਜਾਬ ਦਾ ਤੁਸੀਂ ਪੁੱਛ ਰਹੇ ਹੋ, ਚੰਡੀਗੜ੍ਹ ਦਾ ਹਿੱਸਾ ਪੰਜਾਬ ਨਹੀਂ ਹੈ, UT ਹੈ, ਉੱਥੇ ਮੇਅਰ ਦੀ ਇਲੈਕਸ਼ਨ ਹੈ। ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਬਕਾਇਦਾ ਸਾਡਾ ਪੰਜਾਬ 'ਚ ਕੋਈ ਅਲਾਇੰਸ ਆਪ ਨਾਲ ਨਹੀਂ। ਤੁਹਾਡੇ ਤੋਂ ਹੀ, ਤੁਹਾਡੀ ਪ੍ਰੈਸ ਤੋਂ ਹੀ, ਤੁਹਾਡੇ ਮਾਧਿਅਮ ਜ਼ਰੀਏ ਮੈਨੂੰ ਪਤਾ ਲੱਗ ਰਿਹਾ। ਮੈਂ ਤਾਂ ਤੁਹਾਨੂੰ ਆਪ ਆਪਣੇ ਤੌਰ 'ਤੇ ਬਿਆਨ ਕਰ ਰਿਹਾ, ਜੋ ਸਾਡੇ ਪ੍ਰਧਾਨ ਦਾ ਬਿਆਨ ਹੈ, CLP ਦਾ ਬਿਆਨ ਹੈ, ਔਰ ਸਾਡੇ ਦਿੱਲੀ ਦੀ ਅਧਿਆਕਸ਼ਾ ਦੇ ਨੇਤਰ ਦੇ ਤਹਿਤ ਜਿਹੜੇ ਸਾਡੇ ਕਨਵੈਨਸ਼ਨ ਹੋਣ ਜਾ ਰਹੀ ਹੈ, ਉਹਨਾਂ ਦਾ ਬਿਆਨ ਹੈ ਕਿ ਸਾਡਾ ਕੋਈ ਅਲਾਇੰਸ ਨਹੀਂ। ਆਹ ਜਿਹੜੀ ਤੁਹਾਨੂੰ ਦੱਸਿਆ ਹੀ ਹੈ ਕਿ ਖੜਗੇ ਸਾਹਿਬ ਇਹਦੇ ਲਈ ਵਿਸ਼ੇਸ਼ ਤੌਰ 'ਤੇ ਆ ਰਹੇ ਹਾਂ। ਕਾਂਗਰਸ ਪਾਰਟੀ 'ਚ ਬੜਾ ਉਤਸ਼ਾਹ ਹੈ, ਜੋਸ਼ ਹੈ, ਔਰ ਮੇਰਾ ਖਿਆਲ ਤੁਸੀਂ ਆਪ ਦੇਖ ਰਹੇ ਹੋ ਹੁਣ ਕਾਂਗਰਸ ਦਾ ਵਰਕਰ ਜਿਹੜਾ ਪੰਜਾਬ 'ਚ, ਹੁਣ ਜਿਹੜੀ ਅਸੀਂ ਸਮਾਗਮ ਇਕੱਠੇ ਕੀਤੇ ਹਨਗੇ, ਮੀਟਿੰਗਾਂ ਕੀਤੀਆਂ ਹਨ, ਉਹਦੇ 'ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਔਰ ਮੈਨੂੰ ਯਕੀਨ ਵਿਸ਼ਵਾਸ ਹੈ ਆਪਣੇ ਤੌਰ 'ਤੇ ਕਿ ਕਾਂਗਰਸ ਪਾਰਟੀ ਕਾਫੀ ਭਾਰੀ ਬਹੁਮਤ ਹਾਸਲ ਕਰੇਗੀ। ਸਿੱਧੂ ਅਡਮੋਲੀ, ਸਿੱਧੂ ਅਡਮੋਲੀ ਬੋਲ ਰਿਹਾ, ਲੇਕਿਨ ਆਪਣੇ ਰਾਜਾ ਬਡਿੰਗਾ ਅਡਮੋਲੀ ਬੋਲ ਰਹੇ ਨੇ, ਬਾਜਵਾ ਸਾਹਿਬ ਅਡਮੋਲੀ ਬੋਲ ਰਹੇ ਨੇ, ਇਹਦਾ ਕਿੱਥੇ ਤੱਕ ਪਹੁੰਚੂ? ਨਹੀਂ, ਸਾਡੀ ਤਾਂ ਬੇਨਤੀ ਹੈ ਵੀ ਅੱਜ ਆਪਾਂ ਕਨਵੈਨਸ਼ਨ, ਇਹਦਾ ਵੀ ਜਵਾਬ ਦੇ ਦਿੰਦੇ, ਕੋਈ ਗੱਲ ਨਹੀਂ ਇਹਦਾ ਵੀ ਜਵਾਬ ਦੇ। ਇਹ ਤੁਸੀਂ ਜ਼ਿਕਰ ਕਰ ਰਹੇ ਹੋ, ਬੋਲੀਆਂ ਦੇਖੋ ਪ੍ਰੈਸ 'ਚ ਆਉਂਦੀਆਂ ਹਨਗੀਆਂ, ਪ੍ਰੈਸ 'ਚ ਛਪਦੀਆਂ ਹਨਗੀਆਂ, ਪ੍ਰੈਸ 'ਚ ਕੋਈ ਨਾ ਕੋਈ ਛਪਾ ਰਿਹਾ ਹੈਗਾ। ਜਿਹੜੀ ਸਾਡੀ ਮੀਟਿੰਗਾਂ ਹੁੰਦੀਆਂ ਉਹ ਪਿਛਲੇ ਪੰਨੇ 'ਤੇ ਆਉਂਦੀਆਂ ਹਨਗੀਆਂ, ਉਹਨਾਂ ਦੀ ਪਹਿਲੇ ਪੰਨਿਆਂ 'ਤੇ ਆਉਂਦੀਆਂ ਹਨਗੀਆਂ। ਸੋ ਇਹ ਜਿਹੜੀ ਗੱਲਾਂ ਹਨਗੀਆਂ, ਘਰ 'ਚ ਵੀ ਜਿਹੜੇ ਦੋ ਵੱਖਰੇ ਵੱਖਰੇ ਜੀਵ ਹੋ ਜਾਂਦੇ ਹਨਗੇ, ਆਵਾਜ਼ਾਂ ਵੱਖਰੀਆਂ ਹੋ ਜਾਂਦੀਆਂ, ਭਾਂਡੇ ਖੜਕਦੇ, ਉਹ ਤਾਂ ਪ੍ਰੈਸ ਛਪਦੇ ਨਹੀਂ ਹਨਗੇ। ਪਰ ਜਿੱਥੇ ਤੱਕ ਸਵਾਲ ਹੈ, ਕਾਂਗਰਸ ਪਾਰਟੀ ਦਾ ਡਿਸਿਪਲਿਨ ਬਰਕਰਾਰ ਰਹੂਗਾ, ਔਰ ਜੋ ਕਾਂਗਰਸ ਪਾਰਟੀ ਦਾ ਅਨੁਸ਼ਾਸਨ ਭੰਗ ਕਰੇਗਾ ਉਸ 'ਤੇ ਅਸੀਂ ਯਕੀਨੀ ਤੌਰ 'ਤੇ ਕਾਰਵਾਈ ਕਰਾਂਗੇ। ਮੇਰਾ ਖਿਆਲ ਇਹ ਕਨਵੈਨਸ਼ਨ ਇਕੱਲੀ ਸਾਡੇ ਮੰਡਲ ਪ੍ਰਧਾਨਾਂ ਦੀ, ਮੰਡਲ ਕਮੇਟੀ ਮੈਂਬਰਾਂ ਦੀ, ਡਿਸਟ੍ਰਿਕਟ ਪ੍ਰਧਾਨਾਂ ਦੀ ਅਤੇ ਡਿਸਟ੍ਰਿਕਟ ਕਮੇਟੀ ਦੇ ਮੈਂਬਰਾਂ ਦੀ ਹੋਏਗੀ, ਔਰ ਇਹ ਬਲੋਕ ਪ੍ਰੈਜ਼ੀਡੈਂਟ ਨਾਲ ਹਾਜ਼ਰ ਹੋਣਗੇ, ਸੀਨੀਅਰ ਲੀਡਰਸ਼ਿਪ ਬਕਾਇਦਾ ਹੋਊਗੀ। ਉੱਥੇ ਕੋਈ ਐਲਾਨ ਹੋਣ ਨਹੀਂ ਜਾ ਰਿਹਾ ਕਿ ਸਾਡੀ ਕਿਹੜੇ ਸੂਬੇ 'ਚੋਂ ਕੌਣ ਬੰਦਾ ਲੜ ਰਿਹਾ। ਇਹ ਬਕਾਇਦਾ ਇੱਕ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ, ਇੱਕ ਨਿਰਦੇਸ਼ ਦੇਣ ਲਈ ਖੜਗੇ ਸਾਹਿਬ ਇੱਥੇ ਪਹੁੰਚੇ।